सब्सक्राइब करो पंजाबी रियल टीवी नप दो। हेलो जी, माय नेम इज सनमीत सिंह एंड यू आर वाचिंग ऑन पंजाबी रियल टीवी। सो गाइस, आज दी वीडियो दे विच आप देखेंगे करतारपुर साहब विच जो बसेस शुरू कीतियां गईयां, बस टर्मिनल जिदा तुहानू पता है तैयार होया कीता गया है ना, एक बॉर्डर ते जिहड़ा टर्मिनल आ उत्थे जाके जिहड़े इधरों लोकी जाणगे उत्थे जाके चैकआउट होगा उन्हां दा, ते उत्थे सिक्योरिटी वगैरह सिस्टम सारा होगा, उत्थों उन्हां नू बसेस विच बिठाया जाऊगा ते फिर करतारपुर साहब दी जिहड़ी बिल्डिंग तक पहुँचाया जाऊगा। सो उहदे विच की है कि इन्हां ने दो तरह दीयां बसेस आ जिहड़ियां उह रिलीज़ कीतियां, ते बसेस मैं फोटोज देखियां सी इंस्टाग्राम ते आपां नू काफ़ी लोगों ने बड़ियां सारियां फोटोज भेजियां करतारपुर साहब दियां जो जो काम कंप्लीट होया है ना सारा कुछ, ते बिलीव करो यार बहुत ही ज़्यादा कहने लगा मैं, बहुत सोहना लगा, सारिया फोटोज़ बहुत अच्छा लग रहा है, ते मैनू उम्मीद है कि जदों असीं जाके उत्थे देखांगे दैन वो उतों भी ज़्यादा सोहना लगेगा। ठीक है, नाइट व्यू देखा, नाइट व्यू भी बहुत कहने लगा मैनू। तो अज गल करांगे बसेस दी, एक वीडियो है देखते हैं, ये की इनफॉर्मेशन दी गई है, कुछ वड्डियां बसां रैड कलर दी आई थिंक, तो जिहड़ियां छोटियां कुछ रिक्शा टाइप बसेस हैगियां उन्हां नूं ग्रीन कलर दे विच आ, ते देखदे हां कि दोनों का जिहड़ा काम आ किदां लिया जाऊगा, कित्थों लैके की हिसाब होगा सारा इस वीडियो देखांगे। पर उस तों पहलां अपने चैनल नूं करो सबसक्राइब एंड हिट द बैल आइकन एज वैल, सो डू सबसक्राइब नाउ। हुण इसे खुशी च सबसक्राइब कर दो यार, तां जो जदों तक असीं करतारपुर साहब आईए होर लोग अपने नाल जुड़ जाण, ते आपां उहदे मीटअप भी रखणा। सो बी रेडी गाइज, सो वीडियो करदे हां शुरू, लेट गेट स्टार्टेड। दरबार साहब के नाल जुड़ी इस बहुत वड्डी खबर असीं सारे अपने सिख पीरां दे नाल शेयर करते जाइए कि जिहड़ियां बसां जिस्सां सी ओह लिया दित्तियां गईयां, इलैक्ट्रॉनिक बसां लिया दित्तियां गईयां ना, उस तों बाद इह रक्षा टाइप जिहड़ी बस है इहदे बारे विच असीं तुहानूं दस जाइए। इह सारियां जिहड़ियां बसां ने इहनूं लिया दित्ता गया जिहड़ियां जीरो लाइन दे उपरों सारे सिख वीरां नूं लै के आउणगियां, उह रैड कलर दीयां बसां वड्डियां होणगियां, ਉਹ ਜ਼ੀਰੋ ਪੁਆਇੰਟ ਤੋਂ ਲੈ ਕੇ ਦਰਸ਼ਨ ਡਿਓਰੀ ਤੱਕ ਸਾਡੇ ਸਿੱਖ ਭਰਾਵਾਂ ਨੂੰ ਲੈ ਕੇ ਆਉਣਗੀਆਂ। ਉਸ ਤੋਂ ਬਾਅਦ ਜਿਹੜੀਆਂ ਛੋਟੀਆਂ ਬੱਸਾਂ ਨੇ ਰਿਕਸ਼ਾ ਟਾਈਪ, ਉਹਦੇ ਵਿੱਚੋਂ ਦਰਸ਼ਨ ਡਿਓਰੀ ਤੋਂ ਸਾਰੇ ਸਿੱਖ ਭਰਾਵਾਂ ਨੂੰ ਅਤੇ ਭੈਣਾਂ ਨੂੰ ਬਿਠਾਇਆ ਜਾਏਗਾ, ਅਤੇ ਉਹਦੇ ਵਿੱਚੋਂ ਬਿਠਾ ਕੇ ਉਸਦੇ ਤੋਂ ਫਿਰ ਦਰਬਾਰ ਦੇ ਆਹਤਾਂ ਦੇ ਵਿੱਚ ਲਿਆਇਆ ਜਾਏਗਾ। ਤੁਹਾਨੂੰ ਮੇਨ ਖਬਰ ਦਿੰਦੇ ਜਾਈਏ ਕਰਤਾਰਪੁਰ ਟੀਵੀ ਦੇ ਉੱਤੇ ਕਿ ਕਰਤਾਰਪੁਰ ਟੀਵੀ ਤੁਹਾਨੂੰ ਦੱਸ ਰਿਹਾ ਹੈ ਕਿ ਸਫਾਈ ਦਾ ਕੰਮ ਤਾਂ ਹੋ ਗਿਆ ਆਖਿਰਕਾਰ ਕੰਪਲੀਟ, ਉਹਦੇ ਤੋਂ ਬਾਅਦ ਤੁਹਾਨੂੰ ਦੱਸ ਦਈਏ ਰੋਡ ਦੀ ਜਿਹੜੀ ਸਫਾਈ ਸੀ ਉਹ ਸਾਰੀ ਕੰਪਲੀਟ ਹੋ ਗਈ, ਰੋਡ ਕਾਰਪੇਟ ਰੋਡ ਬਣਾਇਆ ਗਿਆ, ਜ਼ੀਰੋ ਪੁਆਇੰਟ ਤੋਂ ਲੈ ਕੇ ਦਰਬਾਰ ਸਾਹਿਬ ਤੱਕ ਸਾਰਾ ਰੋਡ ਜਿਹੜਾ ਸਾਫ਼ ਕਰ ਦਿੱਤਾ ਗਿਆ, ਇਲੈਕਟ੍ਰੋਨਿਕ ਬੱਸਾਂ ਲਿਆ ਦਿੱਤੀਆਂ ਗਈਆਂ, ਸਕਿਉਰਿਟੀ ਬਹੁਤ ਜ਼ਿਆਦਾ ਟਾਈਟ ਕੀਤੀ ਗਈ ਹੈ, ਕਿਸੇ ਆਮ ਬੰਦੇ ਨੂੰ ਐਂਟਰੀ ਬਿਲਕੁਲ ਨਹੀਂ ਦਿੱਤੀ ਜਾਂਦੀ ਪਈ। ਇਹ ਸਬਜ਼ ਰੰਗ ਦੀ ਬੱਸ ਹੈ, ਇਹਦੇ ਬਾਰੇ ਤੁਹਾਨੂੰ ਦੱਸ ਜਾਈਏ, ਜਦੋਂ ਤੁਸੀਂ ਆਓਗੇ ਇੱਥੇ ਦਰਸ਼ਨ ਡਿਓਰੀ ਦੇ ਵਿੱਚ, ਉਹਦੇ ਵਿੱਚੋਂ ਤੁਹਾਨੂੰ ਦੂਸਰੀ ਬੱਸ ਚੇਂਜ ਕਰਕੇ ਦੂਸਰੀ ਬੱਸ ਦੇ ਵਿੱਚ ਆਉਣਾ ਪਏਗਾ, ਉਹਦੇ ਸਾਈਡਾਂ 'ਤੇ ਕੁਛ ਵੀ ਨਹੀਂ ਹੈ, ਉੱਥੇ ਤੁਸੀਂ ਬੈਠ ਕੇ ਬਾਬਾ ਜੀ ਦੇ ਦਰਸ਼ਨ ਕਰ ਸਕਦੇ ਹੋ ਸਕੂਨ ਨਾਲ। ਜਿਹੜੀ ਦੂਸਰੀ ਬੱਸ ਹੈ ਉਹ ਵੱਡੀ ਬੱਸ ਹੈ, ਉਹ ਤੁਹਾਨੂੰ ਪਤਾ ਹੈ ਜਿਹੜੀ ਵੱਡੀ ਬੱਸਾਂ ਹੁੰਦੀਆਂ ਉਹ ਸਪੀਡ ਦੇ ਵਿੱਚ ਆਉਂਦੀਆਂ, ਅਤੇ ਇੱਕ ਮਿੰਟ ਦੇ ਵਿੱਚ ਵੀ ਤੁਹਾਨੂੰ ਜ਼ੀਰੋ ਲਾਈਨ ਤੋਂ ਇੰਡੀਆ ਦੀ ਜ਼ੀਰੋ ਲਾਈਨ ਤੋਂ ਦਰਸ਼ਨ ਡਿਓਰੀ ਦੇ ਵਿੱਚ ਲਿਆ ਕੇ ਦੂਸਰੀ ਬੱਸਾਂ ਦੇ ਵਿੱਚ ਬਿਠਾ ਦਿੱਤਾ ਜਾਏਗਾ। ਐਕਸਕਲੂਸਿਵ ਨਿਊਜ਼ ਹੈ ਜੀ, ਇਹ ਤੁਹਾਨੂੂੰ ਸਾਰੇ ਸਿੱਖ ਭਰਾਉਣ ਦਾ ਜੇ, ਇਹ ਨਿਊਜ਼ ਤੁਸੀਂ ਆਪਣੇ ਸਾਰੇ ਸਿੱਖ ਵੀਰਾਂ ਨਾਲ ਜ਼ਰੂਰ ਸ਼ੇਅਰ ਕਰੋ, ਤਾਂ ਕਿ ਉਹਨੂੰ ਪਤਾ ਚੱਲ ਜਾਏ ਕਿ ਜਿਹੜੀਆਂ ਇਲੈਕਟ੍ਰੋਨਿਕ ਬੱਸਾਂ ਨੇ ਉਹ ਆ ਗਈਆਂ ਨੇ ਆਪਣੇ ਸਿੱਖ ਭਰਾਵਾਂ ਵਾਸਤੇ, ਅਤੇ ਜਲਦੀ ਸਾਰਾ ਕੰਮ ਜਿਹੜਾ ਉਹ ਕੰਪਲੀਟ ਹੋ ਗਿਆ, ਉਸ ਤੋਂ ਬਾਅਦ ਸਫਾਈ ਸਫਾਈ ਦਾ ਜਿਹੜਾ ਕੰਮ ਆ ਉਹ ਜਾਰੀ ਹੈ, ਬਹੁਤ ਜਲਦ ਸਾਰੇ ਸਿੱਖ ਵੀਰਾਂ ਨੂੰ ਖੁਸ਼ਖਬਰੀ ਮਿਲਣ ਵਾਲੀ। 9 ਨਵੰਬਰ ਆ ਰਹੀ ਹੈ, 9 ਨਵੰਬਰ ਵਾਲੇ ਦਿਨ ਸਾਡੇ ਪੀ ਐੱਮ ਸਾਹਿਬ ਆਉਣਗੇ, ਉਹ ਆ ਕੇ ਇੱਥੇ ਲਾਂਘੇ ਦਾ ਇਫਤਤਾਹ ਕਰਨਗੇ, ਸਿੱਧੂ ਸਾਹਿਬ ਵੀ ਆਉਣਗੇ, ਉਸ ਤੋਂ ਬਾਅਦ ਸਨੀ ਦਿਓਲ ਸਾਹਿਬ ਵੀ ਆਉਣਗੇ, ਸਾਰੇ ਸਿੱਖ ਵੀਰ, ਵੱਡੇ ਸਿੱਖ ਵੀਰ, ਸਾਰੇ ਸਿੱਖ ਭੈਣਾਂ ਵੀ ਆਉਣਗੀਆਂ। ਪੰਜਾਹ ਦਾ ਜਿਹੜਾ ਸਿੱਕਾ ਆ ਉਹ ਬਾਬਾ ਜੀ ਦੇ 550ਵੇਂ ਜਨਮ ਦਿਨ ਦੇ ਉੱਪਰ ਹੈ ਜਿਹੜਾ ਲਾਇਆ ਗਿਆ ਆ, ਅਤੇ ਉਹ ਸਿੱਕਾ ਵੀ ਕੀ ਕਹਿੰਦੇ ਨੇ ਜਾਰੀ ਕੀਤਾ ਗਿਆ ਬਾਬਾ ਜੀ ਦੇ 550ਵੇਂ ਜਨਮ ਦਿਨ ਦੀ ਖੁਸ਼ੀ ਦੇ ਵਿੱਚ। ਜਿਹੜੇ ਸਿੱਖ ਵੀਰ ਬਹੁਤ ਬੇਤਾਬ ਆ, ਉਹਨੂੰ ਦੱਸ ਜਾਈਏ ਕਿ ਬੱਸਾਂ ਜਿਸਾਂ ਆ ਗਈਆਂ ਨੇ ਜਿਹੜੀਆਂ ਤੁਹਾਨੂੰ ਵੱਡੀਆਂ ਬੱਸਾਂ ਨੇ ਲਾਲ ਕਲਰ ਦੀਆਂ, ਉਹਦੇ ਉੱਪਰ ਵੀ ਲਿਖਿਆ ਹੋਇਆ ਵੈਲਕਮ ਟੂ ਦਰਬਾਰ ਸਾਹਿਬ, ਸਾਡੇ ਸਿੱਖ ਭਰਾਵਾਂ ਨੂੰ ਸਾਰਿਆਂ ਨੂੰ ਵੈਲਕਮ ਜੀ ਆਇਆਂ ਨੂੰ ਅਸੀਂ ਕਹਿੰਦੇ ਹਾਂ, ਜਿਹੜੇ ਇੰਡੀਆ ਤੋਂ ਉੱਪਰੋਂ ਆਉਣਾ ਚਾਹੁੰਦੇ ਨੇ ਉਹ ਇਹਨਾਂ ਬੱਸਾਂ ਦੇ ਜ਼ਰੀਏ, ਵੱਡੀਆਂ ਬੱਸਾਂ ਦੇ ਜ਼ਰੀਏ ਇੰਡੀਆ 'ਚੋਂ ਬੈਠਣਗੇ, ਦਰਸ਼ਨ ਡਿਓਰੀ 'ਚ ਆਉਣਗੇ, ਉਹਦੇ ਤੋਂ ਬਾਅਦ ਗ੍ਰੀਨ ਬੱਸਾਂ ਦੇ ਉੱਪਰ ਬੈਠ ਕੇ ਸਿੱਧਾ ਦਰਬਾਰ ਸਾਹਿਬ ਐਂਟਰੀ ਪਾਉਣਗੇ ਅਤੇ ਉੱਥੇ ਦਰਸ਼ਨ ਕਰਨਗੇ। ਇਸ ਵੀਡੀਓ ਨੂੰ ਤੁਸੀਂ ਆਪਣੇ ਸਾਰੇ ਸਿੱਖ ਭਰਾਵਾਂ ਦੇ ਨਾਲ ਜ਼ਰੂਰ ਸ਼ੇਅਰ ਕਰੋ, ਤਾਂ ਕਿ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਸਫਾਈ ਦਾ ਕੰਮ ਕੰਪਲੀਟ ਹੋ ਗਿਆ, ਰਗੜਾਈ ਦਾ ਸੀਨ ਦੇ ਵਿੱਚ ਸਾਰਾ ਕੰਮ ਕੰਪਲੀਟ ਹੋ ਗਿਆ। ਤੁਹਾਨੂੰ ਪਹਿਲੇ ਵੀ ਦੱਸਿਆ, ਜਿਸ ਤਰ੍ਹਾਂ ਸਾਡੇ ਮੁਸਲਮਾਨ ਭਰਾਵਾਂ ਵਾਸਤੇ ਮਦੀਨਾ ਸ਼ਰੀਫ, ਇਸ ਤਰ੍ਹਾਂ ਸਾਡੇ ਸਿੱਖ ਭਰਾਵਾਂ ਵਾਸਤੇ ਬਾਬਾ ਗੁਰੂ ਨਾਨਕ ਦਾ ਇਹ ਦਰਬਾਰ ਕਰਤਾਰਪੁਰ ਸਾਹਿਬ ਹੈ। ਕਰਤਾਰਪੁਰ ਕੋਰੀਡੋਰ ਦਾ ਕੰਮ ਸਾਰਾ ਹੀ ਕੰਪਲੀਟ ਹੋ ਗਿਆ, ਤੁਹਾਨੂੰ ਦੱਸ ਜਾਈਏ ਕਿ ਜਿਹੜਾ ਸੇਂਧ ਵੇ ਰਗੜਾਈ ਦਾ ਕੰਮ ਸੀ ਉਹ ਸਾਰਾ ਕੰਪਲੀਟ ਹੋ ਗਿਆ, ਸੇਂਧ ਵੇ ਵਾਈਪਰ ਵਗੈਰਾ ਲਗਾਏ ਜਾਂਦੇ ਪਏ ਨੇ, ਉਸ ਤੋਂ ਬਾਅਦ ਮਸ਼ੀਨਾਂ ਨੇ ਜਿਹੜੀਆਂ ਉਹ ਕਮਰਿਆਂ ਦੀਆਂ ਸਫਾਈਆਂ ਕਰ ਰਹੀਆਂ ਨੇ, ਕਮਰਿਆਂ ਦੀ ਟੋਟਲ ਸਫਾਈ ਹੋ ਚੁੱਕੀ ਹੈ। ਤੁਹਾਨੂੰ ਦੱਸ ਦਈਏ ਕਿ ਇੰਨੀ ਕੁ ਜ਼ਿਆਦਾ ਸਫਾਈ ਹੈ ਕਿ ਤੁਸੀਂ ਅਗਰ ਨੀਚੇ ਨੂੰ ਵੀ ਦੇਖਦੇ ਹੋ ਸੇਂਧ ਚਮਕਦਾ ਹੀ ਹੁੰਦਾ। ਤੁਹਾਨੂੰ ਬੱਸਾਂ ਦੇ ਬਾਰੇ ਵੀ ਦੱਸ ਦਈਏ, ਬੱਸਾਂ ਇਲੈਕਟ੍ਰੋਨਿਕ ਲਿਆ ਦਿੱਤੀਆਂ ਗਈਆਂ, 60 ਬੱਸਾਂ ਲਿਆ ਦਿੱਤੀਆਂ ਗਈਆਂ, ਜਿਹਦੇ ਵਿੱਚ ਸਾਡੇ ਸਿੱਖ ਭਰਾਵਾਂ ਨੂੰ ਜਲਦੀ ਜਲਦੀ
ਮੁੰਚਾਇਆ ਵੀ ਜਾਏਗਾ ਤੇ ਲਿਆ ਵੀ ਜਾਏਗਾ ਤੇ ਇਸੇ ਭਰਾਵਾਂ ਨਾਲ ਮੈਂ ਇੱਕੋ ਰਿਕੁਐਸਟ ਕਰਨਾ ਇਹਨਾਂ ਬੱਸਾਂ ਦੇ ਉੱਪਰ ਸਵੇਰੇ ਸਵੇਰੇ ਬੈਠ ਕੇ ਆਪਣਾ ਆਈਡੀ ਕਾਰਡ ਲੈ ਕੇ ਤੇ 10 ਦਿਨਾਂ ਦਾ ਕੋਈ ਵੇਟ ਨਹੀਂ ਹੈ ਹੁਣ ਕਿਸੇ ਟਾਈਮ ਐਂਟਰੀ ਪਾ ਸਕਦੇ ਤੁਸੀਂ ਤੇ ਬਾਬਾ ਜੀ ਦੇ ਦਰਸ਼ਨ ਕਰ ਸਕਦੇ ਹੋ ਸੁਬਹ ਆਵੋਗੇ ਤੇ ਸ਼ਾਮ ਨੂੰ ਜਾਵੋਗੇ ਆਪਣਾ ਢੇਰ ਸਾਰਾ ਖਿਆਲ ਰੱਖਣਾ ਤੁਸੀਂ ਆਪਣੇ ਸਾਰੇ ਸਿੱਖ ਭਰਾਵਾਂ ਦੇ ਨਾਲ ਵਟਸਐਪ ਦੇ ਉੱਤੇ ਫੇਸਬੁੱਕ ਦੇ ਉੱਤੇ ਹਰ ਜਗ੍ਹਾ ਦੇ ਉੱਤੇ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਤੇ ਕੱਲ੍ਹ ਇਸ ਵੀਡੀਓ ਦੀ ਟੋਟਲ ਇਨਫੋਰਮੇਸ਼ਨ ਅਸੀਂ ਤੁਹਾਡੇ ਨਾਲ ਫੇਰ ਸ਼ੇਅਰ ਕਰਾਂਗੇ ਫਿਲਹਾਲ ਇਹ ਵੀਡੀਓ ਮੋਬਾਈਲ 'ਤੇ ਬਣ ਰਹੀ ਹੈ ਅਤੇ ਤੁਹਾਨੂੰ ਦੱਸ ਦਿਆ ਕਿ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਲਾਜ਼ਮੀ ਕਰਨਾ ਹੈ ਆਪਣਾ ਬਹੁਤ ਸਾਰਾ ਖਿਆਲ ਰੱਖਣਾ ਹੈ ਸਾਨੂੰ ਦੁਆਵਾਂ 'ਚ ਯਾਦ ਰੱਖਣਾ ਅੱਜ ਦੀ ਵੀਡੀਓ 'ਚ ਆਪਾਂ ਦੇਖਿਆ ਕਿ ਜੋ ਬੱਸਿਸ ਆ ਇਹਨਾਂ ਨੇ ਦੱਸਿਆ ਕਿ 60 ਬੱਸਾਂ ਆਈਆਂ ਮੈਨੂੰ ਇਹ ਕਲੀਅਰ ਨਹੀਂ ਹੈ ਕਿ 60 ਵੱਡੀਆਂ ਬੱਸਾਂ ਆਈਆਂ ਜਾਂ ਮਤਲਬ ਟੋਟਲ ਛੋਟੀਆਂ ਵੱਡੀਆਂ ਦੋਨੋਂ ਮਿਲਾ ਕੇ ਇਹਨਾਂ ਨੇ 60 ਦੱਸਿਆ ਅਤੇ ਉਸ ਤੋਂ ਬਾਅਦ ਜੇ ਬੱਸਿਸ ਦੇ ਡਿਜ਼ਾਈਨ ਦੀ ਗੱਲ ਕੀਤੀ ਜਾਵੇ ਇਟਸ ਵੈਰੀ ਇੰਪ੍ਰੈਸਿਵ ਅਟਰੈਕਟਿਵ ਬਹੁਤ ਵਧੀਆ ਕਲਰ ਵੀ ਸੋਹਣਾ ਰੈੱਡ ਕਲਰ ਆ ਦੂਜਾ ਕਲਰ ਵੀ ਸੋਹਣਾ ਅਤੇ ਬੱਸਿਸ ਦਾ ਜਿਹੜਾ ਸ਼ੇਪਸ ਆ ਜੋ ਡਿਜ਼ਾਈਨ ਆ ਉਹ ਮੈਨੂੰ ਬਹੁਤ ਅੱਛਾ ਲੱਗਾ ਲਾਈਕ ਜਿਵੇਂ ਇੱਕ ਲਗਜ਼ਰੀ ਬੱਸ ਲੱਗ ਰਹੀ ਹੈ ਦੇਖਣ ਵਿੱਚ ਅਤੇ ਇਹਦੇ ਵਿੱਚ ਆਈ ਥਿੰਕ 50 ਤੋਂ 60 ਬੰਦੇ ਵਿੱਚ ਬੈਠ ਸਕਦੇ ਐਟ ਏ ਟਾਈਮ ਵੱਡੀ ਬੱਸ ਵਿੱਚ ਅਤੇ ਛੋਟੀ ਵਿੱਚ ਮੇਰੇ ਖਿਆਲ 12-13 ਜਾਂ 15 ਮੈਕਸੀਮਮ ਅਤੇ ਜਿੱਦਾਂ ਵੱਡੀਆਂ ਬੱਸਿਸ ਮੇਰੇ ਖਿਆਲ ਇੱਦਾਂ ਹੀ ਜਿੱਦਾਂ ਉੱਥੋਂ ਜ਼ੀਰੋ ਲਾਈਨ ਤੋਂ ਲੈ ਕੇ ਇੱਥੋਂ ਤੱਕ ਲੈ ਕੇ ਆਉਣਗੇ ਫਿਰ ਇੱਧਰ ਦਰਸ਼ਨ ਜੋੜੀ ਤੋਂ ਛੋਟੀਆਂ ਬੱਸਾਂ 'ਚ ਬਿਠਾ ਕੇ ਫਿਰ ਅੱਗੇ ਲੈ ਕੇ ਜਾਵਾਂਗੇ ਇਹ ਆਪਾਂ ਨੂੰ ਇਹ ਚੀਜ਼ ਅੱਜ ਪਤਾ ਲੱਗੀ ਆ ਅਤੇ ਸਫਾਈ ਦਾ ਕੰਮ ਵੀ ਸਾਰਾ ਮੁਕੰਮਲ ਹੋ ਗਿਆ ਵੀ ਇਹਨਾਂ ਨੇ ਦੱਸਤਾ ਅਤੇ ਬੱਸਿਸ ਦੀ ਗੱਲ ਇਹਨਾਂ ਨੇ ਇੱਕ ਹੋਰ ਦੱਸੀ ਸੀਗੀ ਪਿਛਲੀ ਵੀਡੀਓ ਵਿੱਚ ਵੀ ਕਿ ਜਿਹੜੀ ਰੋਡ ਆ ਉਹ ਬੜੀ ਸਾਫ਼ ਸੁਥਰੀ ਅਤੇ ਬੜੀ ਇੱਕ ਪਲੇਨ ਬਣਾਈ ਗਈ ਹੈ ਵੀ ਜਿਹਦੇ ਵਿੱਚ ਆਪਾਂ ਨੂੰ ਕੋਈ ਝਟਕਾ ਨਹੀਂ ਲੱਗਣਾ ਕੋਈ ਕੁਛ ਨਹੀਂ ਲੱਗਣਾ ਸੋ ਮੈਂ ਤਾਂ ਹੈਰਾਨ ਹੁੰਦਾ ਪਿਆ ਯਾਰ ਮਤਲਬ ਪੂਰੇ ਇਤਿਹਾਸ ਦੇ ਵਿੱਚ ਸਿੱਖ ਇਤਿਹਾਸ ਵਿੱਚ ਦੁਨੀਆ ਦੇ ਇਤਿਹਾਸ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਪਹਿਲਾ ਇੱਦਾਂ ਦਾ ਜਨਮ ਦਿਨ ਹੋਊਗਾ ਜਿਹਦੇ ਵਿੱਚ ਸਿਰਫ ਸਿੱਖ ਸੰਗਤ ਹੀ ਨਹੀਂ ਜਿਹਦੇ ਵਿੱਚ ਸਿੱਖ ਮੁਸਲਮਾਨ ਇਕੱਲੇ ਇੰਡੀਆ ਤੋਂ ਨਹੀਂ ਪਾਕਿਸਤਾਨ ਦੇ ਪੂਰੀ ਦੁਨੀਆ ਦੇ ਲੋਕਾਂ ਵਿੱਚ ਇੰਨਾ ਜ਼ਿਆਦਾ ਉਤਸ਼ਾਹ ਇਸ ਵਾਰ 550 ਜੋ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਆ ਰਿਹਾ ਜਨਮ ਦਿਨ ਆ ਰਿਹਾ ਉਹ ਇਹਦੇ ਇਹਨੂੰ ਲੈ ਕੇ ਮਤਲਬ ਇੰਨਾ ਜ਼ਿਆਦਾ ਉਤਸ਼ਾਹ ਆ ਨਾ ਸੰਗਤਾਂ ਦੇ ਵਿੱਚ ਉਹ ਬਿਆਨ ਕਰਨਾ ਹੀ ਮੁਸ਼ਕਿਲ ਹੋ ਰਿਹਾ ਯਾਰ ਮੇਰੇ ਕੋਲ ਤਾਂ ਕੋਈ ਵਰਡਸ ਹੀ ਹੈ ਨਹੀਂ ਗੇ ਕਿਉਂਕਿ ਜਿਹੜਾ ਉੱਧਰੋਂ ਨਗਰ ਕੀਰਤਨ ਆਇਆ ਅਸੀਂ ਨਗਰ ਕੀਰਤਨ ਇੱਥੇ ਦੇਖਿਆ ਅਤੇ ਇੱਥੋਂ ਦੇ ਲੋਕਾਂ ਨੇ ਜਿਹੜਾ ਪਿਆਰ ਦਿੱਤਾ ਨਾ ਨਗਰ ਕੀਰਤਨ ਨੂੰ ਪਾਕਿਸਤਾਨ ਦੇ ਲੋਕਾਂ ਨੂੰ ਜਿਹੜੇ ਨਾਲ ਆਏ ਆ ਨਗਰ ਕੀਰਤਨ 'ਚ ਉਹ ਵੀ ਦੇਖ ਕੇ ਮੈਂ ਵੀ ਹੈਰਾਨ ਹੋਇਆ ਕਿ ਯਾਰ ਮਤਲਬ ਕਿੰਨਾ ਭਾਈਚਾਰਾ ਕਿੰਨਾ ਗੁਰੂ ਨਾਨਕ ਦੇਵ ਜੀ ਨੇ ਕਿੱਦਾਂ ਆਪ ਕਹਿ ਲਓ ਵੀ ਬੱਚਿਆਂ 'ਤੇ ਕਿਰਪਾ ਕੀਤੀ ਸਾਰਿਆਂ 'ਤੇ ਹੈ ਨਾ ਮਤਲਬ ਵੀ ਆਪਦੀ ਕਿਰਪਾ ਦੇ ਨਾਲ ਆਪਾਂ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਦੇਖੋ ਜਿਹੜਾ ਇੰਨਾ 4-5 ਸਾਲਾਂ ਦਾ ਕੰਮ ਸੀਗਾ ਉਹ ਸਾਰਾ 9-10 ਮਹੀਨਿਆਂ ਦੇ ਵਿੱਚ ਕੰਪਲੀਟ ਕਰ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਸਿਰਫ ਆਏ ਨਹੀਂ ਕਿ ਇਹਨਾਂ ਨੇ ਦੋ ਦੇਸ਼ਾਂ ਦੇ ਰਾਹ ਖੋਲ੍ਹਿਆ ਇਹਨਾਂ ਨੇ ਦਿਲਾਂ ਦੇ ਵਿੱਚ ਤਾਰਾਂ ਵੀ ਜੋੜੀਆਂ ਮਤਲਬ ਕਈ ਇੱਦਾਂ ਦੇ ਲੋਕ ਵੀ ਸੀਗੇ ਜਿਹੜੇ ਪਹਿਲਾਂ ਇਸ ਫੈਸਲੇ ਦੇ ਖਿਲਾਫ ਸੀ ਬਟ ਹੁਣ ਜਦੋਂ ਉਹ ਆਹ ਚੀਜ਼ਾਂ ਦੇਖ ਰਹੇ ਆ ਵੀਡੀਓਜ਼ ਲਗਾਤਾਰ ਦੇਖ ਰਹੇ ਆ ਸੋਸ਼ਲ ਮੀਡੀਆ 'ਤੇ ਉਸ ਤੋਂ ਬਾਅਦ ਉਹਨਾਂ ਦੀ ਥਿੰਕਿੰਗ ਵੀ ਜਿਹੜੀ ਚੇਂਜ ਹੋ ਰਹੀ ਆ ਸੋ ਇਹ ਇੱਕ ਬੜੀ ਵਧੀਆ ਗੱਲ ਆ ਮੈਂ ਤਾਂ ਚਾਹੁੰਦਾ ਯਾਰ ਸ਼ਾਂਤੀ ਬਣੀ ਰਹੇ ਦੋਨਾਂ ਦੇਸ਼ਾਂ ਦੇ ਵਿੱਚ ਜਿਹੜੇ ਹੋਰ ਮਸਲੇ ਵੀ ਆ ਉਹ ਵੀ ਟੇਬਲ ਟੋਕ ਕਰਕੇ ਹੱਲ ਕਰ ਲਏ ਜਾਣ ਕਿਉਂਕਿ ਜੇਕਰ ਇੰਨਾ ਪਿਆਰ ਨਿਕਲਦਾ ਇਹ ਦੁਨੀਆ ਦੇ ਲਈ ਵੀ ਇੱਕ ਆਪਣੇ ਆਪ ਵਿੱਚ ਇੱਕ ਸੁਨੇਹਾ ਜਾਂਦਾ ਹੈ ਨਾ ਉਸ ਤੋਂ ਬਾਅਦ ਮੈਨੂੰ ਤਾਂ ਬਹੁਤ ਖੁਸ਼ੀ ਹੈ ਕਿ ਐਕਸਾਈਟਮੈਂਟ ਹੈ ਯਾਰ ਸਾਰਿਆਂ ਦੇ ਵਿੱਚ ਹੀ ਮੈਨੂੰ ਪਤਾ ਪੂਰੀ ਭਰ ਭਰ ਕੇ ਹੈ ਪਰ ਆਪਾਂ ਨੂੰ ਲੱਗਦਾ ਕਿ ਹਾਂ ਯਾਰ ਨਹੀਂ ਮੈਂ ਜ਼ਿਆਦਾ ਐਕਸਾਈਟਮੈਂਟ ਵਿੱਚ ਹਾਂ ਅਤੇ ਕਿਉਂਕਿ ਕੰਮ ਹੀ ਇੱਦਾਂ ਦਾ ਹੋਇਆ ਪਾਕਿਸਤਾਨ ਦੀ ਗਵਰਨਮੈਂਟ ਨੇ ਬਹੁਤ ਵਧੀਆ ਕੰਮ ਕੀਤਾ ਜਿੰਨਾ ਉਹਨਾਂ ਦਾ ਧੰਨਵਾਦ ਕੀਤਾ ਜਾਵੇ ਉਨਾ ਥੋੜ੍ਹਾ ਅਤੇ ਪਾਕਿਸਤਾਨ ਦੇ ਜਿਹੜੇ ਲੋਕ ਆ ਉਹ ਵੀ ਬਹੁਤ ਸਪੋਰਟ ਕਰ ਰਹੇ ਆ ਯਾਰ ਇੱਦਾਂ ਦੀ ਗੱਲ ਨਹੀਂ ਆ ਜਿਹੜੇ ਉੱਥੋਂ ਦੇ ਮੁਸਲਿਮ ਭਰਾ ਨਾ ਉਹ ਵੀ ਕਾਬਿਲ ਤਾਰੀਫ ਕਰਨ ਯੋਗ ਹੈ ਯਾਰ ਮਤਲਬ ਉਹਨਾਂ ਦੀ ਤਾਰੀਫ ਜਿੰਨੀ ਮਰਜ਼ੀ ਕਰ ਲਓ ਘੱਟ ਆ ਇਹ ਮੈਂ ਸਿਰਫ ਐਂ ਨਹੀਂ ਕਹਿ ਰਿਹਾ ਵੀ ਹਾਂ ਤੁਸੀਂ ਸਾਡੀਆਂ ਵੀਡੀਓਜ਼ ਦੇਖਦੇ ਉੱਥੋਂ ਦੇ ਸਬਸਕ੍ਰਾਈਬਰਸ ਆ ਇਹ ਗੱਲ ਜੈਨੂਅਨ ਆ ਗਾਈਜ਼ ਤੁਸੀਂ ਤੁਹਾਨੂੰ ਪਤਾ ਕਿ ਆਪਾਂ ਆਪਣੇ ਚੈਨਲ 'ਤੇ ਓਨੈਸਟ ਰਿਐਕਸ਼ਨ ਕਰਦੇ ਹਾਂ ਹਮੇਸ਼ਾ ਕੋਈ ਇਹਦੇ ਵਿੱਚ ਫੇਕ ਵਾਲੀ ਗੱਲ ਨਹੀਂ ਹੁੰਦੀ ਇਹ ਗੱਲਾਂ ਤਾਂ ਹੀ ਕਹਿ ਰਹੇ ਕਿਉਂਕਿ ਮੈਨੂੰ ਇੱਕ ਤਾਂ ਦਿਲੋਂ ਖੁਸ਼ੀ ਹੈ ਕਿ ਕਰਤਾਰਪੁਰ ਸਾਹਿਬ ਦਾ ਜੋ ਨਵਾਂ ਡਿਜ਼ਾਈਨ ਬਣਿਆ ਸਾਰਾ ਉਸ ਤੋਂ ਬਾਅਦ ਗੁਰਪੁਰਬ ਨੂੰ ਲੈ ਕੇ ਮੁਸਲਮਾਨ ਵੀਰਾਂ 'ਚ ਇੰਨਾ ਉਤਸ਼ਾਹ ਦੇਖ ਕੇ ਵਾਕਈ ਯਾਰ ਅੱਖਾਂ ਨਾਮ ਹੁੰਦੀਆਂ ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਜਦੋਂ ਜੋਤੀ ਜੋਤ ਸਮਾਏ ਸੀਗੇ ਉਦੋਂ ਮੁਸਲਮਾਨ ਭਰਾਵਾਂ ਦਾ ਹੀ ਪਿਆਰ ਸੀਗਾ ਕਿ ਉਹ ਚਾਹੇ ਉਹਨੂੰ ਪਿਆਰ ਕਹਿ ਲਓ ਜਾਂ ਜਿੱਦ ਕਹਿ ਲਓ ਬਟ ਮੈਂ ਪਿਆਰ ਵਰਡ ਹੀ ਯੂਜ਼ ਕਰੂੰਗਾ ਕਿਉਂਕਿ ਆਪਾਂ ਜਿੱਦ ਵੀ ਉੱਥੇ ਹੀ ਕਰਦੇ ਹੁੰਦੇ ਹਾਂ ਜਿੱਥੇ ਪਿਆਰ ਹੁੰਦਾ ਉਹਨਾਂ ਦਾ ਪਿਆਰ ਕੀ ਸੀਗਾ ਕਿ ਅਸੀਂ ਆਪਦੇ ਰਸਮਾਂ ਰਿਵਾਜ਼ਾਂ ਦੇ ਨਾਲ ਜੋ ਗੁਰੂ ਨਾਨਕ ਦੇਵ ਜੀ ਦਾ ਜੋ ਦੇਹ ਦਾ ਅੰਤਿਮ ਵਿਦਾਈ ਕਰਾਂਗੇ ਹੈ ਨਾ ਸੋ ਉਹ ਉਦੋਂ ਇੱਦਾਂ ਹੀ ਹੋਇਆ ਸੀ ਕਿ ਗੁਰੂ ਨਾਨਕ ਦੇਵ ਜੀ ਦੇ ਜੋ
ਦੇਹ ਸੀ ਉਹ ਉੱਥੇ ਨਹੀਂ ਸੀ ਬਟ ਇੱਕ ਸਿਰਫ ਚਾਦਰ ਸੀ ਜਿਹੜੀ ਕਿ ਕਰਤਾਰਪੁਰ ਸਾਹਿਬ ਦੇ ਵਿੱਚ ਹੀ ਉੱਥੇ ਰੱਖੀ ਗਈ ਆ ਮਤਲਬ ਜੀ ਇੱਕ ਥਾਂ 'ਤੇ ਦਫਨਾਇਆ ਗਿਆ ਸੀਗਾ ਚਾਦਰ ਨੂੰ ਅਤੇ ਅੱਧੇ ਹਿੱਸੇ ਦਾ ਹੀ ਜਿਹੜਾ ਸੰਸਕਾਰ ਕੀਤਾ ਗਿਆ ਸੀ ਤੋ ਮੈਨੂੰ ਤਾਂ ਜਿਹੜੀ ਅੱਜ ਦੀ ਵੀਡੀਓ ਗਾਈਜ਼ ਬਹੁਤ ਅੱਛੀ ਲੱਗੀ ਆ ਤੁਹਾਨੂੰ ਕਿੱਦਾਂ ਲੱਗੀ ਨੀਚੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਅਤੇ ਇਸ ਵੀਡੀਓ ਨੂੰ ਪਲੀਜ਼ ਸ਼ੇਅਰ ਜ਼ਰੂਰ ਕਰੋ ਤਾਂ ਜੋ ਹਜੇ ਵੀ ਜਿਨ੍ਹਾਂ ਲੋਕਾਂ ਦੇ ਮਨ ਦੇ ਵਿੱਚ ਇੱਦਾਂ ਦੀਆਂ ਗਲਤ ਭਾਵਨਾਵਾਂ ਬਣੀਆਂ ਉਹ ਉਹਨਾਂ ਦੀਆਂ ਦੂਰ ਹੋ ਜਾਣ ਅਤੇ ਸਾਰੇ ਜਾਣੇ ਮਤਲਬ ਰਲ ਮਿਲ ਕੇ ਯਾਰ ਹੋਰ ਉਤਸ਼ਾਹ ਲਿਆ ਕੇ ਅਤੇ ਗੁਰੂ ਨਾਨਕ ਦੇਵ ਜੀ ਦਾ ਇਹ ਵਾਲਾ ਗੁਰਪੁਰਬ ਮਨਾਈਏ ਸੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਕਿ ਕਰਤਾਰਪੁਰ ਸਾਹਿਬ ਦਾ ਜੋ ਵਰਕ ਆ ਉਹ ਪੂਰਾ ਕੰਪਲੀਟ ਹੋ ਚੁੱਕਿਆ ਅਤੇ ਸਾਰਾ ਸਿਹਰਾ ਪਾਕਿਸਤਾਨ ਦੀ ਗਵਰਨਮੈਂਟ ਨੂੰ ਜਾਂਦਾ ਅਤੇ ਬਾਕੀ ਇੰਡੀਅਨ ਗਵਰਨਮੈਂਟ ਵੀ ਨਾਲ ਇਹਨਾਂ ਦੇ ਖੜੀ ਰਹੀ ਹੈ ਉਹਦੀ ਵੀ ਬਹੁਤ ਖੁਸ਼ੀ ਹੈ ਨਹੀਂ ਤਾਂ ਸਾਨੂੰ ਐਂ ਲੱਗਦਾ ਸੀਗਾ ਕਿ ਸ਼ਾਇਦ ਇੰਡੀਆ ਦੀ ਗਵਰਨਮੈਂਟ ਇੱਦਾਂ ਜੋ ਹਾਮੀ ਨਾ ਭਰੇ ਹੈ ਨਾ ਕਿਉਂਕਿ ਕਸ਼ਮੀਰ ਇਸ਼ੂ ਚੱਲ ਰਿਹਾ ਜਾਂ ਹੋਰ ਵੀ ਇਸ਼ੂਜ਼ ਰਹੇ ਆ ਪਾਕਿਸਤਾਨ ਇੰਡੀਆ ਦੇ ਬਟ ਫਿਰ ਵੀ ਚਲੋ ਜਿਹੜਾ ਕੰਮ ਹੈ ਸਿਰੇ ਚੜਿਆ ਹੋਪਸ ਹੋ ਕੇ ਜਿਹੜੇ ਬਾਕੀ ਇਸ਼ੂ ਹੈ ਉਹ ਵੀ ਇਸ ਤੋਂ ਬਾਅਦ ਸੋਲਵ ਕਰ ਲਏ ਜਾਣ ਠੀਕ ਹੈ ਸੋ ਬਾਕੀ ਮਿਲਾਂਗੇ ਫਿਰ ਤੁਹਾਨੂੰ ਕਿਸੇ ਹੋਰ ਵੀਡੀਓ 'ਤੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਅਤੇ ਚੱਕੀ ਰੱਖੋ ਇੱਦਾਂ ਹੀ ਕੰਮ